ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਸਭ ਦਾ ਆਪਣੇ ਯੂਟਿਊਬ ਚੈਨਲ 'ਤੇ ਬਹੁਤ ਬਹੁਤ ਸਵਾਗਤ ਕਰਦਾ ਹਾਂ। ਦੋਸਤੋ, ਅਸੀਂ ਅੱਜ ਦੀ ਇਸ ਵੀਡੀਓ ਵਿੱਚ 635 ਜੋ ETT ਟੀਚਰ ਦੀਆਂ ਅਸਾਮੀਆਂ ਡਿਪਾਰਟਮੈਂਟ ਵੱਲੋਂ ਕੱਢੀਆਂ ਗਈਆਂ ਸੀ ਉਸ ਦੀ ਆਨਸਰ ਕੀ ਅਪਲੋਡ ਕਰ ਦਿੱਤੀ ਗਈ ਹੈ। ਤੋ ਫਰੈਂਡਸ, ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਇਸ ਚੈਨਲ ਦੇ ਨਵੇਂ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਬੈੱਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਹਰ ਇਨਫੋਰਮੇਟਿਵ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਅਗਰ ਤੁਹਾਨੂੰ ਵੀਡੀਓ ਅੱਛੀ ਲੱਗੇ, ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ। ਤੋ ਸਕਰੀਨ 'ਤੇ ਤੁਸੀਂ ਦੇਖ ਸਕਦੇ ਹੋ ਡਾਊਨਲੋਡ ਆਨਸਰ ਕੀ ਔਫੀਸ਼ੀਅਲ ਵੈਬਸਾਈਟ 'ਤੇ ਤੁਸੀਂ ਜੋ ਆਨਸਰ ਕੀ ਹੈ ਡਾਊਨਲੋਡ ਕਰ ਸਕਦੇ ਹੋ। ਔਰ ਉਸਦੇ ਨਾਲ ਹੀ ਹੈ ਕਿ ਅਗਰ ਕਿਸੇ ਨੂੰ ਕਿਸੇ ਆਨਸਰ ਦੇ ਪ੍ਰਤੀ ਕੋਈ ਇਤਰਾਜ਼ ਹੈ ਜਾਂ ਓਬਜੈਕਸ਼ਨ ਹੈ ਤਾਂ ਉਹ ਆਪਣਾ ਓਬਜੈਕਸ਼ਨ ਵੀ ਜੋ ਹੈ ਫੀਲ ਕਰ ਸਕਦਾ ਹੈ। ਅਗਰ ਤੁਸੀਂ ਇੱਥੇ ਕਲਿੱਕ ਕਰਦੇ ਹੋ ਡਾਊਨਲੋਡ ਆਨਸਰ ਕੀ, ਤਾਂ ਤੁਸੀਂ ਆਨਸਰ ਕੀ ਦੇਖ ਸਕਦੇ ਹੋ ਆਪਣੇ ਸ਼ੀਟ ਦੇ ਕੋਡ ਦੇ ਕੋਡ ਏ, ਕੋਡ ਬੀ, ਕੋਡ ਸੀ ਔਰ ਕੋਡ ਡੀ। ਚਾਰੋ ਹੀ ਜੋ ਤੁਹਾਡੇ ਕੁਸ਼ਚਨ ਪੇਪਰ ਦੇ ਕੋਡ ਹੈ ਉਸਦੇ ਅਕੋਰਡਿੰਗ ਤੁਸੀਂ ਆਨਸਰ ਕੀ ਚੈੱਕ ਕਰ ਸਕਦੇ ਹੋ। ਅਗਰ ਕਿਸੇ ਆਨਸਰ ਦੇ ਵਿੱਚ ਕੋਈ ਇਤਰਾਜ਼ ਹੈ ਜਾਂ ਓਬਜੈਕਸ਼ਨ ਹੈ ਤਾਂ ਤੁਸੀਂ ਓਬਜੈਕਸ਼ਨ ਵੀ ਜੋ ਹੈ ਉਹ ਫਾਈਲ ਕਰ ਸਕਦੇ ਹੋ। ਉਸ ਤੋਂ ਬਾਅਦ ਹੈ ਕਿ ਅਗਰ ਤੁਹਾਨੂੰ ਕਿਸੇ ਵੀ ਆਨਸਰ ਦੇ ਓਬਜੈਕਸ਼ਨ ਹੈ ਤਾਂ ਤੁਸੀਂ ਓਬਜੈਕਸ਼ਨ ਪਾ ਸਕਦੇ ਹੋ। ਇਹ ਪਬਲਿਕ ਨੋਟਿਸ ਨਾਲ ਅਪਲੋਡ ਕੀਤਾ ਗਿਆ ਜੋ ਕਿ ਦੇਖ ਸਕਦੇ ਹੋ ਤੁਸੀਂ ਸਕਰੀਨ 'ਤੇ। ਘਰ ਘਰ ਰੋਜ਼ਗਾਰ ਯੋਜਨਾ ਦੇ ਤਹਿਤ ਸਕੂਲ ਸਿੱਖਿਆ ਵਿਭਾਗ ਪੰਜਾਬ ਅਧੀਨ 635 ETT ਅਤੇ 22 ETT ਜੇਲ੍ਹ ਵਿਭਾਗ ਦੀਆਂ ਅਸਾਮੀਆਂ ਭਰਨ ਸੰਬੰਧੀ ਵਿਗਿਆਪਨ ਦਿੱਤਾ ਗਿਆ ਸੀ। ਉਹ ਵਿਗਿਆਪਨ ਦੀ ਸ਼ਰਤਾਂ ਅਨੁਸਾਰ ਇਹਨਾਂ ਅਸਾਮੀਆਂ ਦਾ ਮਿਤੀ 16/10/2021 ਨੂੰ ਵਿਭਾਗੀ ਟੈਸਟ ਲਿਆ ਗਿਆ ਸੀ ਔਰ ਇਸ ਲਿਖਤੀ ਟੈਸਟ ਦੇ ਨਾਲ ਸੰਬੰਧ ਆਨਸਰ ਕੀ ਵਿਭਾਗ ਦੀ ਵੈਬਸਾਈਟ 'ਤੇ ਅਪਲੋਡ ਕਰ ਦਿੱਤੀ ਗਈ ਹੈ। ਜੇਕਰ ਕਿਸੇ ਉਮੀਦਵਾਰ ਨੂੰ ਆਨਸਰ ਕੀ ਦੇ ਨਾਲ ਸੰਬੰਧਿਤ ਕੋਈ ਓਬਜੈਕਸ਼ਨ ਹੈ ਤਾਂ ਉਹ ਆਪਣੇ ਰਜਿਸਟਰਡ ਅਕਾਊਂਟ ਤੋਂ ਇਸ ਸੰਬੰਧੀ ਰਕਮ 50 ਰੁਪਏ ਫੀਸ ਔਨਲਾਈਨ ਜਮ੍ਹਾਂ ਕਰਵਾਉਂਦੇ ਹੋਏ ਇਸ ਦਫ਼ਤਰ ਵੱਲੋਂ ਜਾਰੀ ਪ੍ਰੀਸਕ੍ਰਾਈਬਡ ਪਰਫੋਰਮਾ ਵਿੱਚ ਓਬਜੈਕਸ਼ਨ ਆਪਣੇ ਯੂਜ਼ਰ ID ਅਕਾਊਂਟ ਤੋਂ ਲੌਗਇਨ ਕਰਕੇ ਮਿਤੀ 23/10/2021 ਸ਼ਾਮ 5 ਵਜੇ ਤੱਕ ਸਬਮਿਟ ਕਰ ਸਕਦੇ ਹਨ। ਉਕਤ ਮਿਤੀ ਤੋਂ ਬਾਅਦ ਉਮੀਦਵਾਰ ਦਾ ਕੋਈ ਵੀ ਓਬਜੈਕਸ਼ਨ ਵਿਚਾਰਿਆ ਨਹੀਂ ਜਾਏਗਾ। ਅਗਰ ਕਿਸੇ ਵੀ ਉਮੀਦਵਾਰ ਨੂੰ ਕੋਈ ਆਨਸਰ ਦੇ ਵਿੱਚ ਕੋਈ ਓਬਜੈਕਸ਼ਨ ਹੈ ਤਾਂ 50 ਰੁਪਏ ਦੀ ਫੀਸ ਦੇ ਨਾਲ 23/10/2021 ਤੱਕ ਆਪਣੀ ਯੂਜ਼ਰ ID ਅਕਾਊਂਟ 'ਤੇ ਲੌਗਇਨ ਕਰਕੇ 23/10/2021 ਸ਼ਾਮ 5 ਵਜੇ ਤੱਕ ਸਬਮਿਟ ਕਰ ਸਕਦਾ ਹੈ। ਔਰ ਇਸ ਤੋਂ ਬਾਅਦ ਕਿਸੇ ਦਾ ਵੀ ਜੋ ਓਬਜੈਕਸ਼ਨ ਹੈ ਉਹ ਵਿਚਾਰਿਆ ਨਹੀਂ ਜਾਵੇਗਾ। ਤੋ ਫਰੈਂਡਸ, ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ, ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ। ਅਗਰ ਤੁਸੀਂ ਇਸ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ। ਜੈ ਹਿੰਦ।